ਪੰਥ ਅਕਾਲੀ ਤਰਨਾ ਦਲ ਮਿਸਲ ਜੱਸਾ ਸਿੰਘ ਰਾਮਗੜੀਆ ਜੋ ਕਿ ਪਹਿਲੇ ਜਹੇਦਾਰ ਸੱਚਖੰਡ ਵਾਸੀ ਹੋ ਚੁੱਕੇ ਦਵਿੰਦਰ ਸਿੰਘ, ਉਸ ਤੋਂ ਉਪਰੰਤ ਤੋਂ ਬਾਅਦ ਥਾਪੇ ਗਏ ਸੰਗਤਾਂ ਦੇ ਸਹਿਯੋਗ ਦੇ ਨਾਲ ਦਾਸ ਜਹੇਦਾਰ ਭਾਈ ਗੁਰਦੀਪ ਸਿੰਘ ਜੀ ਵੱਲੋਂ ਪਿੰਡ ਫੇਮੀ ਵਾਲੇ ਵਿਖੇ ਪਾਤਸ਼ਾਹੀ ਦਸਵੀਂ ਤੇ ਸ਼ਹੀਦੀ ਦਿਹਾੜਾ ਬਾਬਾ ਦੀਪ ਸਿੰਘ ਜੀ ਦਾ ਜੋ ਕਿ ਮਨਾਇਆ ਜਾਂਦਾ, ਜਿੰਨੀਆਂ ਵੀ ਸੰਗਤਾਂ ਇੱਥੇ ਪਹੁੰਚ ਰਹੀਆਂ ਨੇ ਦਾਸ ਜੀ ਵੱਲੋਂ ਜੀਆਂ ਕਿਹਾ ਜਾਂਦਾ, ਕਵੀਸ਼ਰੀ ਰਾਗੀਆਂ ਨੂੰ ਢਾਡੀਆਂ ਨੂੰ ਜੀਆਂ ਕਿਹਾ ਜਾਂਦਾ, ਤੇ ਦੂਸਰੇ ਪਾਸੇ ਪਾਤਸ਼ਾਹ ਦੀ ਕਿਰਪਾ ਦੇ ਸਦਕੇ ਸੰਗਤ ਦੇ ਸਹਿਯੋਗ ਦੇ ਨਾਲ ਨੇੜੇ ਤੇੜੇ ਦੀਆਂ ਨਗਰ ਦੀਆਂ ਬੇਨਤੀਆਂ ਪ੍ਰਵਾਨ ਕਰਦੇ ਹੋਏ ਦਾਸ ਜੀ ਦੇ ਨਾਲ ਰਾਇ ਮਸ਼ਵਰਾ ਕੀਤਾ ਵੀ ਨਗਰ ਨਗਰ ਵਿੱਚ ਜਾ ਕੇ ਸਿੱਖੀ ਪ੍ਰਚਾਰ ਕਰ ਰਹੇ ਹਾਂ, ਇਹ ਸਿੱਖੀ ਪ੍ਰਚਾਰ ਅਸੀਂ ਫ੍ਰੀ ਕਰ ਰਹੇ ਹਾਂ, ਕੋਈ ਕਿਸੇ ਤੋਂ ਭੇਟਾ ਨਹੀਂ ਰਹਿਣੀ, ਤੇ ਸਾਡੀ ਹੱਥ ਜੋੜ ਬੇਨਤੀ ਆ ਵੀ ਕਿਸੇ ਵੀ ਨਗਰ ਨੇ ਕੋਈ ਸਿੱਖੀ ਪ੍ਰਚਾਰ ਕਰਵਾਉਣਾ ਹੋਵੇ, ਕੋਈ ਪ੍ਰੋਗਰਾਮ ਰਖਵਾਉਣਾ ਹੋਵੇ, ਦਾਸ ਨੂੰ ਕਰੇ, ਦਾਸ ਨਾਲ ਜਿੰਨੇ ਵੀ ਕਵੀਸ਼ਰੀ ਢਾਡੀ ਆ ਉਹਨਾਂ ਨਾਲ ਗੱਲਬਾਤ ਕਰੇ ਤੇ ਆਪਦੇ ਪਿੰਡ ਦੇ ਵਿੱਚ ਪ੍ਰੋਗਰਾਮ ਰਖਾ ਕੇ ਸਿੱਖੀ ਪ੍ਰਚਾਰ ਕਰਵਾ ਸਕਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਲੜ
ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕਿਨ੍ਹਾਂ ਦੀ ਯਾਦ ਵਿੱਚ ਬਣੇ ਅਸਥਾਨ ਗੁਰਦੁਆਰਾ ਪਾਤਸ਼ਾਹੀ ਦਸਵੀਂ ਫੇਮੀਵਾਲ ਨਗਰ ਵਿੱਚ ਜਿੰਨੀਆਂ ਵੀ ਸੰਗਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਨਤਮਸਤਕ ਹੋ ਰਹੇ ਹਾਂ। ਆਓ ਸਾਰੇ ਹੀ ਗੱਜ ਕੇ ਫਤਿਹ ਬੁਲਾਈਏ, ਕੋਈ ਰਸਨਾ ਵਾਂਝੀ ਨਾ ਰਹੇ ਜੀ, ਸਭ ਦੀ ਆਵਾਜ਼ ਆਵੇ, ਸਭ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿੰਨੀਆਂ ਵੀ ਸੰਗਤਾਂ ਬਾਹਰ ਟਹਿਰ ਰਹੇ ਨੇ, ਚਲੋ ਜਿਨ੍ਹਾਂ ਦੀ ਸੇਵਾ ਲੱਗੀ ਹੈ ਆਪੋ ਆਪਣੀ ਸੇਵਾ ਤੇ ਡਟ ਕੇ ਪਹਿਰਾ ਦੇਣਾ, ਪਰ ਜਿਹੜੇ ਬਿਨਾਂ ਕੰਮ ਤੋਂ ਅੰਦਰ ਬੈਠੇ ਨੇ, ਗੱਲਾਂ ਮਾਰ ਲਈਆਂ, ਉਹਨੂੰ ਮਿਲ ਲਿਆ ਉਹਨੂੰ ਮਿਲ ਲਿਆ, ਇਹ ਸਾਰਾ ਕੰਮ ਬੰਦ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆ ਕੇ ਬੈਠੀਏ, ਕਿਉਂਕਿ ਇਹ ਸਤਸੰਗ ਦਾ ਸਮਾਂ ਜਿਹੜਾ ਹੈ ਇਹ ਬੜੇ ਚੰਗੇ ਕਰਮ ਹੋਣ, ਵੱਡੇ ਭਾਗ ਹੋਣ, ਇਹ ਫਿਰ ਹੀ ਮਿਲਦਾ ਹੈ। ਚਾਹੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪਿਆਰ ਕਰਨ ਵਾਲੇ ਅਨੇਕਾਂ ਭਗਤ ਸ਼ਹੀਦ
संत महापुरुख ब्रह्म ज्ञानी हुए हैं, सब नू आप याद करते हैं। और याद करने का एक बहाना है कि आप सत्संग विच बैठ के इस समय नू सफला करिए, क्योंकि महाराज कहते ने कि जिहड़ा समा है ना ये दोबारा नहीं मिलता, जिहड़ा एक बारी लंघ गया ना। किसी ने लिखिया है किन्ना कर सफल उडंदा जावदा, ए ठहर न जात न जानदा, लंघ गया ना मुड़ के आवदा की कीता जाए। ए समय नू रोकिया नहीं जा सकदा, इहनू ठल नहीं पै सकदी, ए बैग नहीं हुंदा पिछे नहीं हुंदा। ए समय तो की कीता जावे, इहनू सिर्फ ते सिर्फ सफला ही कीता जा सकदा। कल वाला दिन वापस नहीं आना जिहड़ा लंघ गया। सुवाओ जिन्निया भी संगतां दोबारा फिर बेनती है, सारे एकाग्रता बना के बैठो, अपने पास बड़े ही सत्कारयोग बाबा जीवा सिंह जी मुंडा पिंड वाले दमदमी टकसाल वाले वो अपने कोल पहुंचे ने। उन्होंने दसरिया तो बाद हाजरी भरनी, आप संगतां दे दर्शन करने ने, वो पहुंच चुके ने अपने पास। सो आओ उन्हां समां आपां रल के हाजरी भरीए, अपने जीवन नूं सफला करिए। ओ आओ संगते सुनो सुनावा, गुरु नानक कर दियां गल्लां। ਸਾਡੀ ਕੌਮ ਦੇ ਮਹਾਨ ਜਰਨੈਲ ਬਾਬਾ ਦੀਪ ਸਿੰਘ ਜੀ ਨੇ ਉਹ ਸੱਚ ਕਰਕੇ ਵਿਖਾ ਦਿੱਤਾ। ਉਸ ਮਹਾਨ ਯੋਧੇ ਦੇ ਅਕਾਲ ਪੁਰਖ ਪਰਮੇਸ਼ਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੱਲੋਂ ਰੱਖਿਆ ਹੋਇਆ ਹੱਥ, ਤੇ ਉਸ ਹੱਥ ਦੇ ਸਦਕਾ ਸ਼ਹੀਦ ਬਾਬਾ ਦੀਪ ਸਿੰਘ ਜੀ ਨੇ ਸਾਡੀ ਕੌਮ ਨੂੰ ਵਿਦਿਆ ਦੀ ਦਾਤ ਦੇਣ ਵਾਸਤੇ ਬਾਬੇ ਦੀਪ ਸਿੰਘ ਜੀ ਦੀ ਇਹ ਸੇਵਾ ਲਈ ਉਹਨਾਂ ਨੇ ਦਮਦਮੀ ਟਕਸਾਲ ਦੇ ਰਾਹੀਂ ਇਸ ਦੁਨੀਆਂ ਦੇ ਵਿੱਚ ਵਿਚਰਦਿਆਂ, ਇਸ ਧਰਤੀ ਤੇ ਵਿਚਰਦਿਆਂ
ਗੁਰਸਿੱਖੀ ਦੇ ਪ੍ਰਚਾਰ ਦਾ ਮਾਰਗ ਤੋਰਿਆ। ਉਸ ਗੁਰਸਿੱਖੀ ਦੇ ਮਾਰਗ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਤੁਰਿਆ ਹੋਇਆ, ਉਹ ਆਪਣੇ ਸਮੇਂ ਮੁਤਾਬਕ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ ਤੇ ਜਾ ਕੇ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਹੋ ਗਈ ਤੇ ਉਸ ਧਰਤੀ ਤੇ ਇੱਕ ਅਜਿਹਾ ਯੋਧਾ ਚਮਕਿਆ ਤੇ ਉਹਦਾ ਇੰਨਾ ਪ੍ਰਕਾਸ਼ ਦੁਨੀਆਂ ਦੇ ਵਿੱਚ ਹੋ ਗਿਆ, ਜਿਸ ਪ੍ਰਕਾਸ਼ ਨੇ ਦੁਨੀਆਂ ਦੇ ਵਿੱਚ ਕਹਿਣ ਵਾਲੇ ਚਾਹੇ ਅੱਜ ਫੋਕੀਆਂ ਧਮਕੀਆਂ, ਗਿੱਦੜ ਜੇਕਰ ਚਾਹੇ ਤੇ ਮੈਂ ਸਿੰਘ ਨੂੰ ਸ਼ੇਰ ਨੂੰ ਧਮਕੀ ਦੇ ਦੇਵਾਂ ਤੇ ਇਹ ਗਿੱਦੜ ਧਮਕੀਆਂ ਦੇਣ ਵਾਲਿਆਂ ਦੀ ਕੋਈ ਔਕਾਤ ਦੀ ਗੱਲ ਹੀ ਨਹੀਂ ਕੀਤੀ। ਉਹਨੇ ਦੁਨੀਆਂ ਚ ਇਹ ਗਿੱਦੜ ਧਮਕੀਆਂ ਦੇਣ ਵਾਲਿਆਂ ਨੂੰ ਦੱਸ ਦਿੱਤਾ ਕਿ ਬਾਬਾ ਦੀਪ ਸਿੰਘ ਜੀ ਦੀ ਕੌਮ ਜਿਹੜਾ ਸੀਸ ਤਲੀ ਤੇ ਰੱਖ ਕੇ ਲੜ ਸਕਦਾ ਉਹ ਅਜੇ ਵੀ ਜਿੰਦਾ। ਜੁਗੋ ਜੁਗ ਅਟਲ ਤਖਤ ਚਵਰ ਸ਼ਤਰ ਦੇ ਮਾਲਕ, ਨਾਮ ਸਰੂਪ ਸ਼ਬਦ ਸਰੂਪ, ਕਲਯੁਗ ਕੇ ਮੋਹਿਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਅਪਾਰ ਕਿਰਪਾ ਬਖਸ਼ੇ ਸਦਕਾ ਮਹਾਨ ਗੁਰਮਤਿ ਸਮਾਗਮ ਦੇ ਵਿਚ ਹਾਜ਼ਰੀਆਂ ਭਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਸਾਡੇ ਸੱਚੇ ਪਾਤਸ਼ਾਹ ਜੀ ਦੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅੰਦਰ ਸਤਿਗੁਰਾਂ ਨੇ ਬੜੇ ਪ੍ਰੇਮ ਦੇ ਨਾਲ ਵਣਜਾਰੇ ਸ਼ਬਦ ਦੀ ਬੜੀ ਵਰਤੋਂ ਕੀਤੀ ਹੈ। ਗੁਰਬਾਣੀ ਦੇ ਵਿਚ ਬੜੀ ਵਾਰੀ ਆਉਂਦਾ ਹੈ ਵਣਜਾਰੇ ਸ਼ਬਦ। ਇਹ ਧੰਨ ਗੁਰੂ ਗ੍ਰੰਥ ਸਾਹਿਬ ਦੇ ਵਿਚ ਇਹ ਵਣਜਾਰੇ ਸ਼ਬਦ ਇੰਨੀ ਵਾਰੀ ਕਿਉਂ ਆਇਆ ਹੈ? ਇਹ ਵਣਜਾਰੇ ਦਾ ਮਤਲਬ ਹੁੰਦਾ ਵਪਾਰੀ, ਸੌਦਾਗਰ, ਬਜ਼ਾਰੀਆ, ਜਿਹੜਾ ਸੌਦਾ ਕਰਨ ਵਾਸਤੇ ਦੁਨੀਆਂ ਦੇ ਵਿਚ ਆਇਆ ਹੈ, ਪਿੰਡਾਂ ਗਲੀਆਂ ਦੇ ਵਿਚ ਵਪਾਰ ਕਰਦਾ ਫਿਰਦਾ, ਸੌਦੇ ਕਰਦਾ ਫਿਰਦਾ, ਵਿਦਵਾਨਾਂ ਦੇ ਭਾਵ ਕੱਢਿਆ ਵਾ ਵੀ ਜਿਹੜਾ ਬੰਦਾ ਵਾ ਨਾ ਇਹ ਆ ਵਪਾਰੀ, ਤੇ ਐਸ ਦੁਨੀਆਂ ਦੇ ਵਿਚ ਇਹ ਕਰਨ ਆਇਆ ਵਾ ਵਪਾਰ। ਇਹਨੂੰ ਪਰਮਾਤਮਾ ਨੇ ਸਵਾਸਾਂ ਦੀ ਪੂੰਜੀ ਦਿੱਤੀ ਹੈ ਤੇ ਸਵਾਸਾਂ ਦੀ ਪੂੰਜੀ ਦੇ ਨਾਲ ਇਹਨੇ ਵਪਾਰ ਕਰਨਾ ਵਾ, ਭਗਤੀ ਕਰਨੀ ਆ, ਸੇਵਾ ਕਰਨੀ ਆ, ਨਾਮ ਦੀ ਕਮਾਈ ਕਰਨੀ ਆ, ਨਾਮ ਦਾ ਸੌਦਾ ਕਰਨਾ ਤੇ ਵਪਾਰ ਕਰਕੇ ਲਾਭ ਖੱਟ ਕੇ ਇਹਨੇ ਸਤਿਗੁਰੂ ਦੇ ਦੇਸ਼ ਜਾਣਾ, ਸੱਚਖੰਡ ਦੇ ਵਿਚ ਇਹਨੇ ਨਿਵਾਸ ਲੈਣਾ। ਇਸ ਕਰਕੇ ਦੁਨੀਆਂ ਦੇ ਵਿਚ ਜਿੰਨੇ ਵੀ ਲੋਕ ਹਨ ਸਭ ਵਪਾਰੀ ਹਨ, ਜਿਨ੍ਹਾਂ ਨੂੰ ਪਰਮਾਤਮਾ ਰੂਪ ਸ਼ਾਹੂਕਾਰ ਨੇ ਸਵਾਸਾਂ ਰੂਪੀ ਪੂੰਜੀ ਦਿੱਤੀ ਹੋਈ। ਧੰਨ ਗੁਰੂ ਗੋਬਿੰਦ ਸਿੰਘ ਜੀ ਬਾਰੇ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਕਿ ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਇੱਕ ਵਾਰੀ ਸਿੱਖਾਂ ਨੇ ਪੁੱਛਿਆ ਵੀ ਸਨਮੁੱਖ ਕੌਣ ਆ ਤੇ ਮਨਮੁੱਖ ਕੌਣ ਆ? ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਬੜੀ ਸੋਹਣੀ ਉਦਾਹਰਨ ਦਿੱਤੀ, ਕਹਿੰਦੇ ਪਰਮਾਤਮਾ ਹੈ ਸ਼ਾਹੂਕਾਰ ਤੇ ਸ਼ਾਹੂਕਾਰ ਨੇ ਦੋ ਬੰਦਿਆਂ ਨੂੰ ਪੈਸੇ ਦੇ ਕੇ ਪੂੰਜੀ ਦੇ ਕੇ ਵਪਾਰ ਕਰਨ ਵਾਸਤੇ ਭੇਜਿਆ ਵੀ ਜਾਓ ਜਾ ਕੇ ਵਪਾਰ ਕਰੋ ਤੇ ਜਦੋਂ ਮੈਂ ਚਿੱਠੀ ਪਾਊਂਗਾ ਸੁਨੇਹਾ ਦਊਂਗਾ ਤੇ ਉਦੋਂ ਤੁਹਾਨੂੰ ਆਪਣੇ ਪਾਸ ਸੱਦ ਲਊਂਗਾ। ਜਿਨ੍ਹਾਂ ਤੇ ਉਸ ਪੂੰਜੀ ਨੂੰ ਪੈਸੇ ਨੂੰ ਸਹੀ ਬੰਨੇ ਲਾ ਕੇ ਠੀਕ ਵਪਾਰ ਕੀਤਾ ਤੇ ਨਫ਼ਾ ਕਮਾਇਆ ਉਹ ਤੇ ਡੀਕਦਾ ਰਿਹਾ ਵੀ ਕਦੋਂ ਸੁਨੇਹਾ ਆਊਗਾ ਤੇ ਵਾਪਸ ਜਾਵਾਂਗੇ।
ਤੇ ਜਿਨ੍ਹੇ ਉਹ ਪੈਸੇ ਲੈ ਕੇ ਜਾੜ ਦਿੱਤੇ, ਵਕਾਰਾਂ ਦੇ ਵਿੱਚ ਖੱਜਲ ਕਰ ਦਿੱਤੇ, ਸ਼ਰਾਬਾਂ ਪੀ ਛੱਡੀਆਂ, ਕਬਾਬ ਖਾ ਛੱਡੇ, ਤੇ ਉਹ ਹੁਣ ਜਦੋਂ ਮੂਲ ਮੁੱਕ ਗਿਆ, ਪੈਸੇ ਮੁੱਕ ਗਏ, ਤੇ ਉਹ ਸਿਰ ਲਕਾਉਂਦਾ ਫਿਰੇ ਤੇ ਮੱਥੇ ਵੀ ਨਾ ਲੱਗੇ ਵੀ ਕਿਤੇ ਸਾਦੀ ਨਾ ਲਵੇ, ਆਵਾਜ਼ ਹੀ ਨਾ ਮਾਰ ਲਵੇ। ਤਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਇੱਕ ਆ ਇਹਨਾਂ ਚ ਸਨਮੁੱਖ ਤੇ ਇੱਕ ਆ ਮਨਮੁੱਖ। ਜਿਨ੍ਹੇ ਤੇ ਆਪਣੇ ਸਵਾਸਾਂ ਦੀ ਕਮਾਈ ਕੀਤੀ ਆ ਸੇਵਾ ਸਿਮਰਨ ਵਾਲੇ ਬੰਨੇ ਸਫਲੀ, ਉਹ ਤੇ ਡੀਕਦਾ ਰਹਿੰਦਾ ਵਾ ਵੀ ਕਦੋਂ ਮੌਤ ਆਵੇ ਤੇ ਮਹਾਰਾਜ ਕੋਲੇ ਚਲੀਏ, ਕੰਮ ਲਿਬੜੇ ਪਰਾਂ। ਕਿਉਂ ਉਹਦੀ ਆ ਤਿਆਰੀ, ਉਹਨੂੰ ਕੋਈ ਡਰ ਨਹੀਂ ਹੈ। ਤੇ ਜਿਨ੍ਹੇ ਨਾਮ ਦੀ ਕਮਾਈ ਨਹੀਂ ਕੀਤੀ, ਸਿਮਰਨ ਨਹੀਂ ਕੀਤਾ, ਬਦਗੀ ਨਹੀਂ ਕੀਤੀ, ਉਹ ਮੌਤ ਤੋਂ ਡਰਦਾ ਆਪਣਾ ਸਿਰ ਲਕਾਉਂਦਾ ਫਿਰਦਾ ਹੈ ਤੇ ਲੁਕਿਆ ਰਹਿੰਦਾ ਹੈ ਕਿ ਮਤਾ ਮੈਨੂੰ ਮੌਤ ਮਾਰੇ, ਆਣ ਕੇ ਮੇਰਾ ਨੁਕਸਾਨ ਕਰੇ। ਸਤਿਗੁਰੂ ਨੇ ਬਾਣੀ ਅੰਦਰ ਦੋਵਾਂ ਦੇ ਪ੍ਰਮਾਣ ਦਿੱਤੇ। ਸਤਿਗੁਰੂ ਬੜੇ ਪ੍ਰੇਮ ਦੇ ਨਾਲ ਸਮਝਾਉਂਦੇ ਹਨ, ਜਿਨ੍ਹਾਂ ਨੇ ਬਾਣੀ ਪੜ੍ਹੀ, ਸੇਵਾ ਕੀਤੇ, ਸਿਮਰਨ ਕੀਤਾ, ਉਹ ਬੜੇ ਪ੍ਰੇਮ ਦੇ ਨਾਲ ਸਤਿਗੁਰੂ ਕਹਿੰਦੇ ਕਬੀਰ ਜਿਸ ਮਰਨੇ ਤੇ ਜੱਗ ਡਰੈ, ਮੇਰਾ ਮਨ ਆਨੰਦ ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਤੇ ਦੂਸਰੇ ਬੰਨੇ ਜਿਨ੍ਹੇ ਭਜਨ ਨਹੀਂ ਕੀਤਾ, ਸੇਵਾ ਸਿਮਰਨ ਨਹੀਂ ਕੀਤਾ, ਉਹ ਕੀ ਕਰਦਾ ਹੈ? ਧੰਨ ਗੁਰੂ ਰਾਮਦਾਸ ਸਾਹਿਬ ਕਹਿੰਦੇ ਜੱਗ ਮਰਨ ਨਾ ਭਾਇਆ, ਨਿਤ ਆਪ ਲਕਾਇਆ, ਮਤ ਜਮ ਪਕੜੈ ਲੈ ਜਾਏ ਜੀਉ। ਉਹਨਾਂ ਨੂੰ ਕਹਿੰਦੇ ਮਰਨਾ ਨਹੀਂ ਭਾਉਂਦਾ ਹੈ, ਉਹ ਮੌਤ ਤੋਂ ਲੁਕਦੇ ਰਹਿੰਦੇ। ਧੰਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਸ਼ਬਦ ਆਉਂਦਾ ਵਾ, ਗੂਜਰੀ ਜਾਤ ਗਵਾਰ ਜਾ ਸੌ ਪਾਏ ਆਪਣਾ। ਇਹਦਾ ਮਤਲਬ ਕੀ ਆ? ਕਹਿੰਦੇ ਗੁੱਜਰਾਂ ਦੀ ਜਾਤ ਆ ਗਵਾਰ, ਤੇ ਗੁੱਜਰਾਂ ਦੇ ਘਰ ਜੰਮੀ ਰਾਧਾ, ਉਹ ਸੀ ਗਵਾਰਨ। ਗਵਾਰ ਦਾ ਮਤਲਬ ਹੁੰਦਾ ਹੈ ਬੇਸਮਝ, ਭਾਵ ਗੁੱਜਰ ਜਿਹੜੇ ਨੇ ਉਹ ਅੰਮ੍ਰਿਤ ਵੇਚਦੇ ਨੇ, ਦੁੱਧ ਵੇਚਦੇ ਨੇ, ਗੋ ਰਸ ਵੇਚਦੇ ਆ, ਅੰਮ੍ਰਿਤ ਨੂੰ ਵੇਚ ਕੇ, ਦੁੱਧ ਨੂੰ ਵੇਚ ਕੇ, ਤੇ ਸ਼ਰਾਬਾਂ ਪੀਂਦੇ ਨੇ, ਕਬਾਬ ਖਾਂਦੇ ਨੇ, ਤੇ ਘਟੀਆ ਸੌਦਾ ਕਰਦੇ ਆ। ਅੰਮ੍ਰਿਤ ਵੇਚ ਕੇ ਜ਼ਹਿਰ ਪੀਂਦੇ ਆ, ਜ਼ਹਿਰ ਖਾਂਦੇ ਆ, ਤੇ ਜਿਹੜਾ ਬੰਦਾ ਹੀਰੇ ਵੇਚ ਕੇ ਧਨੀਆਂ ਦੀਆਂ ਪੰਡਾਂ ਚੁੱਕੀ ਫਿਰੇ, ਉਹ ਸਿਆਣਾ ਹੋਊਗਾ ਕਿ ਗਵਾਰ ਹੋਊਗਾ? ਉਹ ਤੇ ਬੇਸਮਝੀ ਹੋਊਗਾ ਨਾ। ਇਸੇ ਤਰ੍ਹਾਂ ਜਿਹੜੇ ਲੋਕ ਆਪਣੇ ਸਵਾਸਾਂ ਨੂੰ, ਹੀਰਿਆਂ ਨੂੰ ਇਸ ਦੁਨੀਆਂ ਚ ਵੇਚ ਕੇ ਤੇ ਵਕਾਰ ਇਕੱਠੇ ਕਰੀ ਜਾਂਦੇ, ਮਾੜੇ ਕੰਮ ਕਰੀ ਜਾਂਦੇ, ਉਹ ਗਵਾਰ ਆ, ਬੇਸਮਝ ਆ। ਤਾਂ ਸਤਿਗੁਰੂ ਕਹਿੰਦੇ ਗੂਜਰੀ ਜਾਤ ਗਵਾਰ ਜਾ ਸੋ ਪਾਏ ਆਪਣਾ। ਗੁੱਜਰਾਂ ਦੀ ਜਾਤ ਦੇ ਵਿੱਚ ਇੱਕ ਗਵਾਰਨ ਜੰਮੀ ਰਾਧਾ, ਬੇਸਮਝ ਜਾਤ ਦੇ ਵਿੱਚ, ਪਰ ਜੇ ਉਹਨੂੰ ਉਹਦਾ ਪਤੀ ਕ੍ਰਿਸ਼ਨ ਮਿਲ ਸਕਦਾ ਵਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਤੁਹਾਨੂੰ ਵੀ ਹੋ ਗਿਆ ਵਾ। ਗਿਆਨ ਗਿਆਨੀਆਂ ਦੇ ਭਾਈ ਕਿਸੇ ਤੱਕ ਤਲਵਾਰ ਨੂੰ ਮੁੱਖ ਦੱਸਿਆ, ਕਿਸੇ ਦੱਸਿਆ ਰਤਬੇ ਰੂਹਾਨੀਆਂ ਦੇ, ਭਾਵੇਂ ਕੁਝ ਨਹੀਂ ਆ ਪਿਆਰੇ ਖਾਲਸਾ ਜੀ, ਚੰਗੇ ਗੁਣ ਚੰਗੀਆਂ ਨਿਸ਼ਾਨੀਆਂ ਨੇ, ਐ ਪਰ ਸਿਆਣਿਆਂ ਪ੍ਰਤੱਖ ਕਰ ਲਿਆ ਕੌਮਾਂ ਜਿਉਂਦੀਆਂ ਨਾਲ ਕੁਰਬਾਨੀਆਂ ਦੇ, ਧਰ ਲੂੰਗਾ ਅਬ ਏਕ ਏਕ ਸ਼ਮਸ਼ੀਰ ਕੇ ਆ ਗਏ, ਰੱਖ ਦਾਂਗਾ ਜਿਗਰ ਮਸੀਨਾ ਚੀਰ ਕੇ ਆ ਗਏ, ਝੁਕੀ ਫਿਰਦੀ ਹੈ ਸਾਰੀ ਦੁਨੀਆਂ ਤਕਦੀਰ ਕੇ ਆ ਗਏ, ਐ ਪਰ ਤਕਦੀਰ ਵੀ ਝੁਕ ਜਾਏਗੀ ਮੇਰੀ ਸ਼ਮਸ਼ੀਰ ਕੇ ਆ ਗਏ। ਪਰਮ ਸਤਾਰਿਓ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਗੁਰ ਦਾ ਨਿੱਘ ਮਾਰੀ ਗੁਰੂ ਨੂੰ ਪਿਆਰੀ ਸਾਧ ਸੰਗਤ, ਕੁਝ ਕਹਿਣ ਤੋਂ ਪਹਿਲਾਂ ਮਾਂ ਗੁਜਰਤਾ ਦੇ ਲਾਲ ਗੁਰੂ ਤੇਗ ਬਹਾਦਰ ਦੇ ਪੁੱਤਰ ਸ੍ਰੀ ਹਰਗੋਬਿੰਦ ਪਾਤਸ਼ਾਹ ਦੇ ਪੋਤਰੇ ਸਰਬੰਸ ਦਾਨੀ ਚੋਚੀ ਪ੍ਰੀਤਮ ਨੀਲੇ ਤੇ ਸ਼ਾਹ ਅਸਵਾਰ ਦੀਨ ਦੁਨੀ ਦੇ ਵਾਲੀ ਚਿੱਟਿਆਂ ਬਾਜਾਂ ਵਾਲੇ ਸਤਿਗੁਰ ਸ਼ਹੀਦ ਪਿਤਾ ਦੇ ਪੁੱਤਰ
ਸ਼ਹੀਦ ਪੁੱਤਰਾਂ ਦੇ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੀ ਦਿੱਤੀ ਹੋਈ ਦੇਣ ਕੀਤੀ ਹੋਈ ਬਖਸ਼ਿਸ਼ ਫਤਿਹ ਦਾ ਨਾਰਾ ਬੁਲੰਦ ਕਰੀਏ ਜੀ। ਸਾਡੇ ਇੱਕ ਵਾਰੀ ਕਹਿਣ ਤੇ ਲਵਾ ਆਪਣੀ ਅਤੇ ਜਥੇ ਦੀ ਹਾਜ਼ਰੀ ਦੋਵੇਂ ਹੱਥ ਜੋੜ ਕੇ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਗ ਨਾਲ ਹੈ ਸਮਾਏ ਮਿਲਦਾ ਠੀਕ ਜਾਣ ਕੇ ਆ ਨਹੀਂ ਮੈਂ ਜੱਗ ਗਿਲਦਾ ਠੀਕ ਜਾਣ ਕੇ ਆ ਦਲ ਵੀਰ ਗਿਲਦਾ ਸਤਸੰਗ ਦੀ ਕੜੀ ਨਾਮ ਦੀ ਹੈ ਨਾਮ ਦੀ ਹੈ।